ਇੱਥੋਂ ਤੁਸੀਂ ਮੇਕਅਪ ਦਾ ਸਮਾਨ ਲੈ ਸਕਦੇ ਆ, ਇੱਥੋਂ ਤੁਸੀਂ ਲਿਪਸਟਿਕ ਕਲਰ ਵਗੈਰਾ। ਇਹਨਾਂ ਦੇ ਨਾਲ ਸਾਨੂੰ ਬੜਾ ਪਿਆਰ ਹੈ ਕਿਉਂਕਿ ਸਾਨੂੰ ਅਸੀਂ ਸਾਡੇ ਕੋਲ 5-7 ਕਿਲੋਮੀਟਰ ਚੱਲੇ, ਜਦੋਂ ਵੀ ਆਓ ਸਾਡੇ ਦਰਵਾਜ਼ੇ ਤੁਹਾਡੇ ਕੋਲ। ਅਸੀਂ ਕ੍ਰੈਡਿਟ ਸਿਰਫ ਇਮਰਾਨ ਖਾਨ ਨੂੰ ਅਤੇ ਸੰਧੂ ਬਾਜੀ ਦਿੰਦੇ ਹਾਂ। ਪਤਾ ਕਿੱਦਾਂ ਬਦਲਣਾ, ਆਹ ਹੱਥ ਨੂੰ ਚਲਾਉਣਾ ਪੈਣਾ, ਮਿਹਨਤ ਕਰਨੀ ਪੈਣੀ ਆ, ਰੱਟਣ ਪਾਉਣੇ ਪੈਣੇ ਆ। ਇੰਨੇ ਲਿਪਸ, ਇੰਨੇ ਲਿਪਸ, ਇੰਨੇ ਲਿਪਸ। ਝੋਟਾ ਇੱਥੇ ਵੀ ਹੈਗਾ ਨਾ, ਧਾਕੜ ਝੋਟੇ ਵੀ ਕੰਮ ਆਉਂਦੇ ਨੇ, ਕਦੇ ਕੁੱਤਿਆਂ ਦੇ ਲਈ ਹੈ ਜਾਂ ਕੁੱਤਾ ਕੰਮ ਹੀ ਹੈ ਜਿੱਦਾਂ। ਕੀ ਹਾਲ ਚਾਲ ਆ ਆਸਿਆ, ਤੁਸੀਂ ਸਾਰੇ ਚੜ੍ਹਦੀ ਕਲਾ ਛੰਗੇ। ਮੈਂ ਤੁਹਾਨੂੰ ਇੱਕ ਬਰਮਿੰਘਮ ਦੀ ਇਨਡੋਰ ਮਾਰਕੀਟ ਦੇ ਵਿੱਚ ਲੈ ਕੇ ਆਇਆ, ਇੱਥੋਂ ਕੀ ਕੀ ਚੀਜ਼ਾਂ ਮਿਲਦੀਆਂ, ਕੀ ਕੀ ਹੁੰਦਾ। ਆਹ ਕੀ ਆ, ਇਹ ਹੈਗਾ ਬਿਨ ਸਵੱਛ ਬਲੈਕ, ਠੀਕ ਹੈ, ਸਵੱਛ ਇੰਗਲੈਂਡ। ਇੱਥੇ ਤੁਸੀਂ ਕੂੜਾ ਸੁੱਟਣਾ ਅਤੇ ਉੱਪਰ ਇਹਦੇ ਮੈਟਲ ਦੀ ਲੱਗੀ ਹੁੰਦੀ ਲੋਹੇ ਦੀ, ਅਤੇ ਉੱਥੇ ਤੁਸੀਂ ਆਪਣੀਆਂ ਸਿਗਰਟਾਂ ਸੁਗਟਾਂ ਜਿਹੜੇ ਪੀਂਦੇ ਆ ਉਹ ਇੱਥੇ ਉੱਪਰ ਸੁੱਟ ਸਕਦੇ, ਵਿੱਚ ਨਾ ਸੁੱਟੇ ਕਿਉਂਕਿ ਵਿੱਚ ਅੱਗ ਲੱਗ ਸਕਦੀ ਹੈ। ਅਤੇ ਆ ਜਾਓ ਫਿਰ ਮਾਰਕੀਟ ਦੇ ਵਿੱਚ ਚੱਲਦੇ ਹਾਂ। ਮੇਰਾ ਨਾਮ ਜੀ ਸਬਦਰ ਖਾਨ, ਖਾਨ ਸਾਹਿਬ। ਕਿਹੜੀ ਜਗ੍ਹਾ ਤੋਂ? ਅਸੀਂ ਜੀ ਤੁਹਾਡੇ 5-7 ਕਿਲੋ ਤੋਂ, 5.5 ਕਿਲੋ, ਸਾਡੇ ਕੋਲ ਤੁਹਾਡਾ 5-7 ਕਿਲੋ ਸਿਰਫ 10 ਕਿਲੋਮੀਟਰ ਦੂਰ ਹੈ, ਠੀਕ ਹੈ, ਜਿਲ੍ਹਾ ਅਟਕ, ਠੀਕ ਹੈ। ਹਾਂਜੀ, ਜਾਂ ਸੌਰੀ, ਬਿਜ਼ਨਸ ਵੀ ਜ਼ਰੂਰੀ ਆ ਭਾਈ, ਇਕੱਲਾ ਇਹ ਨਹੀਂ ਕਿ ਇਹ 10 ਪਾਉਂਡ ਦਾ ਨੋਟ ਸੀਗਾ ਇਹਨਾਂ ਦੇ ਕੋਲ ਫੜਿਆ ਹੋਇਆ, ਠੀਕ ਹੈ। ਇਹ ਭਾਜੀ ਦੀ ਇੱਥੇ ਸ਼ੌਪ ਆ, ਠੀਕ ਹੈ, ਇਹ ਆਪਣਾ ਸਮਾਨ ਵੇਚਦੇ ਆ, ਚੀਜ਼ਾਂ ਵੇਚਦੇ ਆ। ਸੋ ਇੱਦਾਂ ਹੀ ਹੁੰਦਾ ਹੈ ਨਾ, ਪਾਕਿਸਤਾਨੀ ਅਤੇ ਇੰਡੀਅਨ ਹਮੇਸ਼ਾ ਮਿਲ ਪੈਂਦੇ ਆ, ਅਤੇ ਮੇਰੇ ਨਾਲ ਹੁੰਦਾ ਕਿ ਮੈਂ ਇਹਨਾਂ ਦੇ ਨਾਲ, ਸਾਨੂੰ ਬੜਾ ਪਿਆਰ ਹੈ ਕਿਉਂਕਿ ਸਾਨੂੰ ਅਸੀਂ ਸਾਡੇ ਕੋਲ 5-7 ਕਿਲੋਮੀਟਰ ਚੱਲੇ, ਜਦੋਂ ਵੀ ਆਓ ਸਾਡੇ ਦਰਵਾਜ਼ੇ ਤੁਹਾਡੇ ਕੋਲ ਖੁੱਲ੍ਹੇ। ਥੈਂਕ ਯੂ ਜੀ। ਕਰਤਾਰਪੁਰ ਸਾਡੇ ਕੋਲ ਦੂਰ ਹੈ, ਲੇਕਿਨ ਆਓ ਤਾਂ ਵੈਲਕਮ। ਪਹਿਲਾਂ ਤਾਂ ਥੈਂਕ ਯੂ ਇਹਨਾਂ ਦਾ ਕਿ ਇਹਨਾਂ ਨੇ ਉਹ ਕਰਤਾਰਪੁਰ ਸਾਹਿਬ ਚਲਾਇਆ, ਹਰ ਇੱਕ ਪਾਕਿਸਤਾਨੀ ਦਾ, ਹਰ ਇੱਕ ਉਸ ਬੰਦੇ ਦਾ ਜਿਹਨੇ ਉਹ ਚੀਜ਼ ਦੇ ਲਈ ਚੰਗੇ ਪਾਸੇ ਨੂੰ ਕਦਮ ਉਠਾਇਆ। ਅਸੀਂ ਕ੍ਰੈਡਿਟ ਸਿਰਫ ਇਮਰਾਨ ਖਾਨ ਨੂੰ ਅਤੇ ਸੰਧੂ ਬਾਜੀ ਦਿੰਦੇ ਹਾਂ, ਠੀਕ, ਸਹੀ ਗੱਲ ਹੈ। ਕਿ ਪਾਕਿਸਤਾਨ ਨੇ ਲੀਡਰ ਦਿੱਤੇ, ਤੁਹਾਡੇ ਇੰਡੀਆ ਨੇ ਬੰਦ ਕਰੀਓ, ਇਹ ਸਾਰੇ ਉਹੀ ਨੇ, ਡੁਮਕੀ ਜੋ ਉਹੀ ਉਹੀ, ਦੋ ਲੀਡਰ ਸਾਨੂੰ ਮਿਲਣ ਨੇ, ਸਾਡਾ ਖਾਨ ਜ਼ਿੰਦਾਬਾਦ, ਸੰਧੂ ਬਾਜੀ ਜ਼ਿੰਦਾਬਾਦ, ਠੀਕ ਹੈ। ਥੈਂਕ ਯੂ ਜੀ। ਅਤੇ ਦੂਸਰੀ ਚੀਜ਼ ਇਹ ਆ ਕਿ ਇਹਨਾਂ 'ਤੇ ਵੀ ਪਰਮਾਤਮਾ ਕਿਰਪਾ ਰੱਖੇ, ਕਿਉਂਕਿ ਇਹਨਾਂ ਦੇ ਘਰ 'ਚ ਉਹ ਜਗ੍ਹਾ ਹੈਗੀ ਆ, ਉਸ ਜਗ੍ਹਾ 'ਤੇ ਹੈਗਾ, ਇਹਨਾਂ 'ਤੇ ਵੀ ਉਨੀ ਕਿਰਪਾ ਆ ਜਿੰਨੀ ਸਾਡੇ 'ਤੇ ਆ, ਹੈ ਨਾ। ਅਤੇ ਇਹਨਾਂ ਨੂੰ ਵੀ ਪਰਮਾਤਮਾ ਸਮੱਤ ਦੇਵੇ, ਚੜ੍ਹਦੀ ਕਲਾ ਦੇਵੇ, ਅਤੇ ਗੁੱਡ ਲੱਕ ਜੀ। ਆ ਜਾਓ ਹੁਣ ਆਪਾਂ ਚੱਲਦੇ ਹਾਂ ਮਾਰਕੀਟ ਦੇ ਵਿੱਚ। ਵੈਸੇ ਚੰਗੀ ਸ਼ੁਰੂਆਤ ਹੋਈ ਹੈ ਨਾ ਅੱਜ ਦੀ ਵੀਡੀਓ ਦੀ, ਅਤੇ ਕੋਈ ਆਪਣੇ ਆਪ ਬੰਦਾ ਆ ਜਾਵੇ ਤੁਹਾਡੇ ਨਾਲ ਗੱਲਬਾਤ ਕਰੇ ਤੁਹਾਡੀ ਜ਼ਬਾਨ ਦੇ ਵਿੱਚ, ਤਾਂ ਬਹੁਤ ਚੰਗਾ ਲੱਗਦਾ ਹੁੰਦਾ। ਆਪਾਂ ਪਹਿਲਾਂ ਹੀ ਖਿਡੌਣਿਆਂ ਤੋਂ ਸ਼ੁਰੂ ਕਰਦੇ ਹਾਂ, ਠੀਕ ਹੈ, ਅਤੇ ਖਿਲੌਣੇ ਖਲੌਣੇ ਆਹ ਦੇਖ ਲਓ, ਸਾਰੇ ਤਰ੍ਹਾਂ ਦੇ ਮਿਲ ਜਾਂਦੇ ਆ ਇੱਥੇ ਖਿਲੌਣੇ। ਆਹ ਕੈਸਟਾਂ ਜੋ ਵੀ ਹੈਗਾ, ਹੈ ਨਾ, ਸੀਡੀਆਂ ਵਗੈਰਾ ਇੱਦਾਂ ਦੀਆਂ ਚੀਜ਼ਾਂ ਆ। ਆਹ ਜੇ ਕੋਈ ਜੂਲਰੀ ਜੂਲਰੀ ਦੀ ਚੀਜ਼ ਆ ਉਹ ਵਾ, ਇੱਧਰ ਹੈਗਾ ਆ ਕਲੋਕ ਵਗੈਰਾ, ਠੀਕ ਹੈ, ਜੇ ਕਿਸੇ ਦਾ ਨਹੀਂ ਸਹੀ ਟਾਈਮ ਚੱਲਦਾ ਤਾਂ ਇੱਥੋਂ ਕਲੋਕ ਲੈ ਲਓ, ਇੱਥੇ ਸਹੀ ਚੱਲ ਪੈਣਾ, ਠੀਕ ਹੈ। ਅਤੇ ਕਈ ਵਾਰੀ ਕਲੋਕ ਬਦਲਣ ਦੇ ਨਾਲ ਵੀ ਟਾਈਮ ਬਦਲ ਸਕਦਾ ਵੀਰੇ, ਨਹੀਂ ਬਦਲਣਾ, ਹੈ ਨਾ। ਕਲੋਕ ਪਤਾ ਕਿੱਦਾਂ ਬਦਲਣਾ, ਆਹ ਹੱਥ ਨੂੰ ਚਲਾਉਣਾ ਪੈਣਾ, ਮਿਹਨਤ ਕਰਨੀ ਪੈਣੀ ਆ, ਰੱਟਣ ਪਾਉਣੇ ਪੈਣੇ ਆ, ਫਿਰ ਚੱਲਣਾ। ਆਹ ਬੈਟਰੀਆਂ ਬੂਟਰੀਆਂ ਜੋ ਵੀ ਹੈਗਾ ਇੱਥੋਂ ਤੁਹਾਨੂੰ ਸਾਰੀਆਂ ਮਿਲ ਜਾਣੀਆਂ। ਆਹ ਦੇਖੋ ਜਿਹੜਾ ਪਲੱਗ, ਆਪਾਂ ਕਈ ਵਾਰੀ ਕਹੀਦਾ ਨਾ, ਜੇ ਤੁਸੀਂ ਇੰਡੀਆ ਤੋਂ ਕੋਈ ਚੀਜ਼ ਲੈ ਕੇ ਆਉਂਦੇ ਆ ਤਾਂ ਇੱਥੋਂ ਪਾਉਣ ਦਾ ਮਿਲ ਜਾਂਦਾ। ਹਾਊ ਮੱਚ ਇਜ਼ ਇਟ? 199, ਇਹ 2 ਪਾਉਂਡ ਦਾ ਕਹਿੰਦੀ ਹੈ ਨਾ, 199 ਦਾ। ਤੋ ਇਹ ਤੁਸੀਂ ਇੱਥੋਂ ਲੈ ਸਕਦੇ ਆ ਤੇ ਜਦੋਂ ਮਰਜ਼ੀ ਚਲਾ ਸਕਦੇ ਆ। ਤੇ ਆ ਵੀ ਹੈਗਾ ਆ, ਇਹਦੇ ਵਿੱਚ ਸਾਰੇ ਪਲੱਗ ਚੱਲ ਜਾਣੇ, ਸਾਰਾ ਕੁਝ ਚੱਲ ਜਾਣਾ। ਸੋ ਆਪਸ਼ਨਸ ਬਹੁਤ ਆ, ਤੁਹਾਨੂੰ ਆਪਣੇ ਆਪ ਫਿਰਨਾ ਤੁਰਨਾ ਪੈਣਾ, ਚੀਜ਼ਾਂ ਲੱਭਣੀਆਂ ਪੈਣੀਆਂ। ਆ ਗਈ ਕੁੜੀਆਂ ਦੀ ਸ਼ਾਪ, ਠੀਕ ਹੈ, ਇੱਥੋਂ ਤੁਸੀਂ ਮੇਕਅਪ ਦਾ ਸਮਾਨ ਲੈ ਸਕਦੇ ਆ, ਇੱਥੋਂ ਤੁਸੀਂ ਲਿਪਸਟਿਕ ਕਲਰ ਵਗੈਰਾ ਜੋ ਵੀ ਚਾਹੋ, ਜਿੱਦਾਂ ਦਾ ਵੀ ਚਾਹੋ ਤੁਸੀਂ ਲੈ ਸਕਦੇ ਹੋ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ, ਹੈ ਨਾ। ਅਤੇ ਹਾਂਜੀ, ਮੈਨੂੰ ਤਾਂ ਵੈਸੇ ਨਾਮ ਹੀ ਨਹੀਂ ਪਤਾ ਕਈਆਂ ਚੀਜ਼ਾਂ ਦੇ, ਪਰ ਲੈ ਸਕਦੇ ਹੋ ਤੁਸੀਂ, ਠੀਕ ਹੈ, ਹਰ ਚੀਜ਼ ਪਈ ਹੈ। ਆਹ ਪਾਉਂਡ ਦੇਖ ਲਓ, ਆਹ 3 ਆ 50p ਦੀਆਂ, ਠੀਕ ਆ, ਸਸਤਾ ਹੀ ਆ ਯਾਰ ਸਮਾਨ, ਹੈ ਨਾ, ਇੰਨਾ ਨਹੀਂ ਮਹਿੰਗਾ। ਆਹ ਬੈਗ ਬੂਗ ਜਿਹੜੇ ਤੁਹਾਡੇ ਹੁੰਦੇ ਆ, ਮੇਕਅਪ ਕਿੱਟ ਕਹਿੰਦੇ ਇਹਨੂੰ, ਉੱਦਾਂ ਦੀਆਂ ਚੀਜ਼ਾਂ। ਇੱਧਰ ਆ ਗਿਆ ਕੁੜੀਆਂ ਦੇ, ਨਿਆਣਿਆਂ ਦੇ ਫਰੋਕਾਂ, ਇਕੱਲੀਆਂ ਕੁੜੀਆਂ ਦੀ ਡੈਡੀਕੇਟ ਆ ਸ਼ੌਪ, ਹੈ ਨਾ। ਅਤੇ ਇੱਧਰ ਵੀ ਕੁੜੀਆਂ ਦੀ, ਇੱਧਰ ਮੁੰਡਿਆਂ ਦੇ ਵੀ ਹੈਗੇ ਥੋੜ੍ਹੇ ਜਿਹੇ, ਉਹ ਵੱਡੇ ਵੀ ਹੈਗੇ। ਅਤੇ ਆਹ ਦੇਖ ਲਓ, ਅਤੇ ਆਹ ਦੇਖ ਲਓ ਵੀ ਪਰਸ ਵਗੈਰਾ, ਜੁੱਤੀਆਂ, ਸਲੀਪਰ, ਠੀਕ ਆ, ਕੋਈ ਟੈਨਸ਼ਨ ਨਹੀਂ ਲੈਣੀ ਹੈਗੀ। ਜੇ ਨਹੀਂ ਵੀ ਕੋਈ ਚੀਜ਼ ਲਿਆਉਂਦੀ ਨਾ ਤੁਸੀਂ ਬਾਹਰੋਂ, ਇੱਥੋਂ ਸ਼ੋਪਿੰਗ ਕਰਨੀ ਆ, ਇੱਥੋਂ ਵੀ ਲੈ ਸਕਦੇ ਆ। ਆਹ ਨਿਆਣਿਆਂ ਦੇ ਕੱਪੜੇ ਹੋ ਗਏ, ਸੋਰੀ, ਸ਼ੂਜ਼ ਹੋ ਗਏ, ਸਲੀਪਰ।
ਹਾਂ ਹੈਗੇ ਆ ਮੇਕਅਪ ਦਾ ਹੀ ਸਮਾਨ, ਸਾਬਣ ਸੁਬਣ, ਆ ਸਾਬਣ ਦਾ ਨਹੀਂ ਠੀਕ ਹੈ, ਪਿੰਕ ਕਲਰ ਦੀ ਚਾਹੀਦੀ ਹੈ ਕਿ ਬਲੂ ਕਲਰ ਦੀ ਚਾਹੀਦੀ ਹੈ ਦੇਖ ਲਓ, 50 ਰੁਪਏ ਦੀ ਆ। ਸੋ ਟੈਨਸ਼ਨ ਨਹੀਂ ਲੈਣੀ, ਜੇ ਨਹੀਂ ਵੀ ਲਿਆ ਹੋਈ ਤਾਂ ਭੁੱਲ ਗਏ ਤੁਸੀਂ, ਹੈ ਨਾ। ਆ ਸ਼ਾਵਰ ਜੇਲਾਂ ਹੋ ਗਈਆਂ, ਹੋਰ ਚੀਜ਼ਾਂ ਹੋ ਗਈਆਂ, ਸੋਰੀ ਮਾਈ। ਆਹ ਜ਼ਿਆਦਾ ਸ਼ੋਪ ਜਿਹੜੀ ਡੈਡੀਕੇਟ ਆ ਲੇਡੀਜ਼ ਦੇ ਲਈ ਆ, ਹੈ ਨਾ, ਸਾਬਣ ਸੁਬਣ, ਦੇਸੀ ਸਾਬਣ, ਹੋਰ ਸਾਬਣ, ਆਹ ਘੜੀਆਂ ਦੇ ਪਟੇ ਪੁਟੇ ਠੀਕ ਹੈ, ਰਿਸਟ ਵਾਚ, ਜਿੱਥੋਂ ਚੇਂਜ ਕਰਾਉਣਾ ਬਦਲਾਉਣਾ ਆ ਕੁਛ ਉਹ ਕਰ ਸਕਦੇ ਆ ਤੁਸੀਂ, ਜਵੈਲਰੀ ਹੋ ਗਈ ਆਰਟੀਫਿਸ਼ਲ। ਆਹ ਹੋ ਗਿਆ ਕੱਪੜਿਆਂ ਦੀਆਂ ਸ਼ੋਪਾਂ, ਟੋਪੀਆਂ ਦੀਆਂ ਸ਼ੋਪਾਂ ਠੀਕ ਹੈ। ਆਹ ਤਾਂ ਯਾਰ ਬ੍ਰੈਂਡਡ ਜੈਕਟ ਆ, ਇੱਥੇ 15 ਪਾਉਣਾ ਦੀ ਲੱਗੀ ਹੈ, ਅਤੇ ਪਤਾ ਨਹੀਂ ਹੁਣ ਸਹੀ ਹੈ ਕਿ ਗਲਤ ਆ, ਪਰ ਹੈਗੀ ਆ ਇੱਥੇ ਠੀਕ ਹੈ। ਹਾਂ ਜਮੇਕਾ, ਹੋਰ ਉਹ ਕੱਪੜੇ ਲੈ ਸਕਦੇ ਤੁਸੀਂ। ਆਹ ਦੇਖ ਲਓ ਸੇਫਟੀ ਦੇ ਕੱਪੜੇ, ਹੈ ਨਾ, ਸੇਫਟੀ ਸ਼ੂਜ਼, ਅਤੇ ਆਹ ਹੁੰਦੇ ਸੇਫਟੀ ਸ਼ੂਜ਼, ਅਤੇ ਸਾਈਜ਼ ਹੈਗਾ ਆ ਤੁਹਾਡਾ 17 ਪਾਉਂਡ ਦੇ ਆ ਠੀਕ ਹੈ। ਆਹ ਝੱਗੀ ਜ਼ਰੂਰ ਚਾਹੀਦੀ ਹੁੰਦੀ ਹੈ, ਅਤੇ ਸੇਫਟੀ ਸ਼ੂਜ਼ ਜ਼ਰੂਰ ਚਾਹੀਦੇ ਹੁੰਦੇ ਆ ਬਹੁਤੀਆਂ ਸਾਈਟਾਂ ਦੇ ਉੱਪਰ, ਅਤੇ ਇੱਦਾਂ ਦੇ ਕੱਪੜੇ ਜਿਹੜੇ ਵੀ ਤੁਸੀਂ ਲੈਣੇ ਆ ਤੁਸੀਂ ਲੈ ਸਕਦੇ ਆ। ਟਰਾਊਜ਼ਰ, ਹਾਊ ਮੱਚ ਇਜ਼ ਦ ਨੋਰਮਲ ਟਰਾਊਜ਼ਰ? 10 ਪਾਉਂਡ ਦਾ ਟਰਾਊਜ਼ਰ ਆ ਠੀਕ ਹੈ, ਅਤੇ ਜੇ ਤੁਸੀਂ ਕੋਈ ਵੀ ਕੰਮ ਕਰਨਾ ਤਾਂ ਉਹਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਆ। ਥੈਂਕ ਯੂ। ਅਤੇ ਇੱਦਾਂ ਦੀਆਂ ਚੀਜ਼ਾਂ ਹੈਗੀਆਂ, ਸੇਫਟੀ ਸ਼ੂਜ਼ ਜ਼ਿਆਦਾ, ਆਹ ਜਿੱਦਾਂ ਦੀ ਤੁਸੀਂ ਕੰਪਨੀ 'ਚ ਕੰਮ ਕਰਦੇ ਆ, ਆਹ ਹੁੰਦੇ ਜਿਹੜੇ ਹੋਟਲ ਵਿੱਚ ਕੰਮ ਕਰਦੇ ਲੋਕ, ਉਹਨਾਂ ਦੇ ਕੱਪੜੇ ਹੁੰਦੇ ਆ ਠੀਕ ਹੈ। ਅਤੇ ਆਹ ਰੇਨਕੋਟ ਵਗੈਰਾ ਹੋ ਗਿਆ ਰੇਨ ਵਾਲੇ, ਅਤੇ ਇੱਧਰੋਂ ਤਕਰੀਬਨ ਦਿਖਾ ਹੀ ਦਿੱਤਾ, ਆਹ ਸੋਲ ਵਗੈਰਾ ਜੁੱਤੀਆਂ ਦੀ ਸ਼ੋਪ, ਹੈ ਨਾ। ਅਤੇ ਆਹ ਘਰ ਦੀਆਂ ਚੀਜ਼ਾਂ ਛੋਟੀਆਂ ਮੋਟੀਆਂ, ਟੂਲ ਵਗੈਰਾ ਇੱਦਾਂ ਦੀਆਂ ਚੀਜ਼ਾਂ ਆ ਠੀਕ ਹੈ। ਅਤੇ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹਾਂ ਕਿ ਹਰ ਚੀਜ਼ ਇੱਥੇ ਮਿਲ ਜਾਂਦੀ ਆ। ਹਾਂਜੀ, ਉਹ ਯਾਰ ਇੰਨੇ ਲਿਪਸ ਠੀਕ ਹੈ, ਇੰਨੇ ਰੰਗ, ਬੱਲੇ 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 ਬੱਲੇ। ਮੇਕਅਪ ਦੀਆਂ ਸ਼ੋਪਾਂ ਦੇਖ ਲਓ ਠੀਕ ਹੈ, ਟਾਰਗੇਟ ਕਰਦੇ ਹਾਂ ਨਾ, ਪਰ ਉਦਾਂ ਦੱਸਦੇ ਆ ਕਿ ਇਦਾਂ ਦੇ ਵੀ ਕੰਮ ਹੋ ਜਾਂਦੇ ਹੁੰਦੇ, ਬੰਦਾ ਜਦੋਂ ਦੇਖਦਾ ਤਾਂ ਮੱਲਾ ਮੱਲੀ ਬੰਦੇ ਦੀ ਐਕਸਾਈਟਮੈਂਟ ਜੀ ਹੋ ਜਾਂਦੀ ਆ। ਸੋ ਆਹ ਜਿਹੜੇ ਸਕਾਰਫ ਲੈਂਦੇ ਆ, ਟੋਪੀਆਂ ਲੈਂਦੇ ਆ, ਉਦਾਂ ਦੀਆਂ ਚੀਜ਼ਾਂ ਆ, ਗਲਵਸ, ਸੋ ਸਮਾਨ ਹਰ ਤਰ੍ਹਾਂ ਦਾ ਹੈਗਾ ਆ, ਬੰਦੇ ਦੀ ਜੇਬ 'ਚ ਪੈਸਾ ਚਾਹੀਦਾ ਠੀਕ ਹੈ। ਅਤੇ ਵਧੀਆ ਗਲਵਸ, ਲੈਦਰ ਦੇ ਗਲਵਸ, ਸਾਰੀਆਂ ਚੀਜ਼ਾਂ ਉੱਦਾਂ ਦੀਆਂ। ਅਤੇ ਆਹ ਕੱਛੇ ਬਨੈਣਾ, ਹੋਰ ਲੱਲਾ ਭੱਬਾ ਠੀਕ ਹੈ, ਜਰਾਬਾਂ, ਟੋਪੀਆਂ, ਮਫਲਰ, ਸਾਰਾ ਕੁਛ ਹੀ ਹੈਗਾ ਆ। ਲਓ ਵੀ ਸ਼ੁਰੂ, ਆਹ ਜੇ ਕੋਈ ਕੱਪੜੇ ਸੀਂਦਾ ਆ, ਕੁਛ ਹੋਰ ਕਰਦਾ, ਉਹਦੇ ਲਈ ਆਹ ਜ਼ਿੱਪ ਵਗੈਰਾ, ਜਿੱਦਾਂ ਕਲਰ ਮੈਚ ਕਰਨਾ ਹੁੰਦਾ ਨਾ, ਉਹ ਚੀਜ਼ਾਂ ਆ, ਧਾਗੇ, ਸਿਲਾਈ ਦੀਆਂ ਚੀਜ਼ਾਂ, ਉਹ ਤੁਸੀਂ ਇੱਥੋਂ ਲੈ ਸਕਦੇ ਆ। ਆਹ ਜਿਹੜੀ ਉਹ ਲੈਸ ਲੂਸ ਜਿਹਾ ਲਾਉਂਦੇ ਹੁੰਦੇ, ਉੱਦਾਂ ਦੀਆਂ ਚੀਜ਼ਾਂ ਆ। ਅਤੇ ਗੋਟੇ ਗੋਟੇ, ਉਹ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀ ਆ, ਹੈ ਨਾ। ਆਹ ਲੈਸਾਂ ਲੂਸਾਂ ਸਾਰੀਆਂ ਇੱਦਾਂ ਦੀਆਂ ਚੀਜ਼ਾਂ, ਰੀਲਾਂ ਠੀਕ ਹੈ। ਇੱਧਰ ਵੀ ਆਹ ਕੱਪੜੇ ਲੀੜਿਆਂ ਦੀਆਂ ਹੋਰ ਆ ਗਈਆਂ ਸ਼ੋਪਾਂ, ਇਹ ਵਾਲੇ ਚਮਕਣੇ ਜਿਹੇ ਆ ਇੱਥੇ ਕੱਪੜੇ, ਹੈ ਨਾ। ਉਹ ਨੀਲਾ ਜਿਹਾ ਕਿੱਦਾਂ ਚਮਕਦਾ, ਇਹ ਫੈਂਸੀ ਜਿਹਾ ਆ, ਉਹ ਜਿਹੜਾ ਫੈਂਸੀ ਕਵਾਇਤੀ ਚ ਡਾਂਸਰ ਆ ਇਹ ਉਹ ਬਣੇ ਜੋ। ਹਾਂ ਹਾਂ, ਮੈਨੂੰ ਪਤਾ ਲੱਗ ਗਿਆ ਤੂੰ ਬਹੁਤ ਡਾਂਸ ਦੇਖਦਾ, ਹੈ ਨਾ। ਆਹ ਸਵੀਟਾਂ, ਕਿਉਂਕਿ ਬੰਦਾ ਥੱਕ ਥੁੱਕ ਜਾਂਦਾ ਨਾ, ਫਿਰ ਸਵੀਟਾਂ ਵੀ ਚਾਹੀਦੀਆਂ ਹੁੰਦੀਆਂ ਉਹਨੂੰ। ਅਤੇ ਆਹ ਹੀ ਸ਼ੋਪ 'ਤੇ ਆਪਾਂ ਉੱਧਰਲੇ ਪਾਸੇ ਘੁੰਮ ਕੇ ਆਏ ਸੀਗੇ, ਹੁਣ ਆਪਾਂ ਇੱਧਰੋਂ ਦੇਖਦੇ ਹਾਂ। ਆਹ ਆ ਗਿਆ ਨਾਈਟ ਸੂਟ ਵਗੈਰਾ, ਹੋਰ ਲੱਲਾ ਭੱਬਾ, ਹੈ ਨਾ, ਜਿੱਦਾਂ ਆ ਜਾਓ ਇੱਧਰ ਨੂੰ ਚੱਲਦੇ ਹਾਂ। ਇੱਧਰ ਵੀ ਸੂਟਾਂ ਦੀਆਂ ਹੀ ਸ਼ੋਪਾਂ ਆ, ਅਤੇ ਸੂਟਾਂ ਦੀਆਂ, ਅਤੇ ਮੈਂ ਦੇਖਣਾ ਚਾਹੁੰਦਾ ਕਿ ਆਹ ਜੁੱਤੀਆਂ ਦੀ ਸ਼ੋਪ ਕਿੱਦਾਂ ਦੀ ਆ। ਜੁੱਤੀਆਂ ਦੀ ਸ਼ੋਪ ਇਹ ਲੇਡੀਜ਼ ਦੀ ਹੈ।
ਯਾਰ ਇੱਧਰ ਸਮੈਲ ਬੜੀ ਸੋਹਣੀ ਆਉਂਦੀ ਆ ਖਾਣ ਵਾਲਾ ਲੱਗਦਾ ਅੱਗੇ ਸਮਾਨ ਹੈ ਨਾ ਇੱਕ ਹੋਰ ਮੇਕਅਪ ਦੀ ਸ਼ੋਪ ਆ ਹੈ ਨਾ ਇੱਥੇ ਆਹ ਵਾਲ ਵੂਲ ਮਿਲਦੇ ਆ ਜਿਹੜੇ ਲਾਉਂਦੇ ਹੁੰਦੇ ਆ ਉਹਦੀ ਸ਼ੋਪ ਆ ਇਹ ਜੈਕਟਾਂ ਆਹ ਕੱਪੜੇ ਮੋਟੇ ਆ ਜਿਹੜੇ ਉਹਨਾਂ ਦੀਆਂ ਸ਼ੋਪਾਂ ਆ ਆਹ ਆ ਗਈ ਕੁੜੀਆਂ ਦੀ ਸ਼ੋਪ ਠੀਕ ਹੈ ਜੁਐਲਰੀ ਵਗੈਰਾ ਆਰਟੀਫਿਸ਼ਲ ਹੋਰ ਇੱਦਾਂ ਦੀਆਂ ਚੀਜ਼ਾਂ ਉਹ ਤੁਹਾਨੂੰ ਮਿਲ ਜਾਣੀਆਂ ਇੱਥੋਂ ਛੋਟੇ ਛੋਟੇ ਪਰਸ ਹੋ ਗਏ ਹੋਰ ਚੀਜ਼ਾਂ ਹੋ ਗਈਆਂ ਆਹ ਦੇਖੋ ਵੀ ਕਹਿੰਦਾ ਸਾਰੀ ਭਰੀ ਪਈ ਆ ਕਾਂਟੇ ਕੁੰਡਿਆਂ ਦੇ ਨਾਲ ਠੀਕ ਹੈ ਆਹ ਆ ਗਈ ਮੋਬਾਈਲ ਦੀ ਫੋਨ ਐਕਸੈਸਰੀ ਦੀ ਇਹ ਬਾਹਲੀ ਚਮਕਣੀ ਜੀ ਕੀਤੀ ਪਈ ਭਾਅ ਜੀ ਨੇ ਆਹ ਦੇਖ ਲਓ ਮੋਬਾਈਲ ਦਿਸ ਇਜ਼ ਸਪੈਸੀਫਿਕ ਫੋਰ ਮੇਬੀ ਲੇਡੀਜ਼ ਲੇਡੀਜ਼ ਦਾ ਵੀ ਆ ਉੱਦਾਂ ਵੀ ਮੁੰਡਿਆਂ ਦਾ ਵੀ ਆ ਆਹ ਪਾਉਣ ਪਾਉਣ ਦੀਆਂ ਚੀਜ਼ਾਂ ਵੀ ਬਥੇਰੀਆਂ ਹੈਗੀਆਂ ਇੱਥੇ ਹੈ ਨਾ ਅਤੇ ਮੇਕਅਪ ਦਾ ਸਮਾਨ ਯਾਰ ਪਤਾ ਕੀ ਆ ਇੱਥੇ ਜਿਹੜੀ ਵੀ ਚੀਜ਼ ਤੁਸੀਂ ਲੈਣੀ ਆ ਆਪਣੇ ਹਿਸਾਬ ਜਿਹੇ ਨਾਲ ਲੈ ਸਕਦੇ ਹਾਂ ਨਾ ਤੁਸੀਂ ਉਹ ਜਿੰਨਾ ਕੁ ਤੁਹਾਡੇ ਅਫੋਰਡੇਬਿਲਟੀ ਹੈਗੀ ਆ ਤੁਸੀਂ ਇੱਕ ਚੀਜ਼ ਨੂੰ 100 ਪਾਉਂਡ ਦੀ ਵੀ ਲੈ ਸਕਦੇ ਹਾਂ ਇੱਕ ਚੀਜ਼ ਨੂੰ ਤੁਸੀਂ 2 ਪਾਉਂਡਾਂ ਦੀ ਵੀ ਲੈ ਸਕਦੇ ਹਾਂ ਆਹ ਕੀ ਚੀਜ਼ ਆ ਯਾਰ ਅੱਛਾ ਇਹ ਹੈਗੀਆਂ ਸਮੈਲ ਦੇ ਲਈ ਠੀਕ ਆ ਇਹ ਉਹਦੇ ਵਿੱਚ ਪਾ ਕੇ ਰੱਖ ਦੀਦਾ ਅਤੇ ਆਹ ਜਿਹੜਾ ਪਾਣੀ ਜਿਹਾ ਹੁੰਦਾ ਨਾ ਇਹਦੇ ਤੋਂ ਸਮੈਲ ਆਉਂਦੀ ਆ ਇਹ ਸਾਰੀ ਸਮੈਲ ਵਾਲੀ ਸ਼ੋਪ ਆ ਆਹ ਕੀ ਆ ਸਲਾਈਆਂ ਆ ਪੱਛਮ ਭਰਾਵਾ ਆ ਬਈ ਇੱਕ ਚੀਜ਼ ਹੋਰ ਜੇ ਕਿਸੇ ਨੇ ਹੈ ਨਾ ਆਹ ਸਵੈਟਰ ਸਵੂਟਰ ਸੀਣੇ ਆ ਸਲਾਈਆਂ ਚਾਹੀਦੀਆਂ ਇੱਥੋਂ ਕਹਿ ਦਿੰਦੇ ਹੁੰਦੇ ਨਾ ਇੰਡੀਆ ਤੋਂ ਨਹੀਂ ਮਿਲਦਾ ਜਾਂ ਹੋਰ ਆ ਆਹ ਸਾਰਾ ਕੁਛ ਇੱਥੇ ਹੈਗਾ ਆ ਠੀਕ ਹੈ ਆਹ ਦੇਖ ਲਓ ਠੀਕ ਹੈ ਹਰ ਚੀਜ਼ ਮਿਲ ਜਾਣੀ ਤੁਹਾਨੂੰ ਤੁਸੀਂ ਲੈਣ ਵਾਲੇ ਬਣੋ ਆਹ ਉੱਨ ਵੀ ਪਈ ਆ ਇਹ ਸਾਰੀ ਉੱਨ ਦੀ ਸ਼ੋਪ ਹੀ ਆ ਜੇ ਤੁਸੀਂ ਸਵੈਟਰ ਸਵੂਟਰ ਪਾਉਣਾ ਨਾ ਨਿਆਣਾ ਨਿਕਾਉਣ ਵਾਲਾ ਆ ਘਰ ਤਾਂ ਹੁਣ ਤੋਂ ਸ਼ੁਰੂ ਹੋ ਜਾਓ ਇਹ ਨਿਆਣਿਆਂ ਦਾ ਹੀ ਹੁੰਦਾ ਸਹੀ ਗੱਲ ਆ ਅਤੇ ਆਹ ਦੇਖ ਲਓ ਜੀ ਸਾਰੇ ਤਰ੍ਹਾਂ ਦੀ ਉੱਨ ਹੈਗੀ ਆ ਦੱਸ ਦਿਓ ਕਿਹੜੀ ਚਾਹੀਦੀ ਆ ਮੈਂ ਭੇਜ ਦੂੰਗਾ ਠੀਕ ਆ ਭਰਾਵਾ ਕੋਈ ਐਂ ਨਾ ਕਹਦੇ ਆ ਕਿੱਦਾਂ ਦੀ ਬੁਣਤੀ ਆ ਸਾਨੂੰ ਦਿਖਾ ਦਿਓ ਆਹ ਫਿਰ ਆ ਗਈ ਆਹ ਲੈਸ ਦੀ ਸ਼ੋਪ ਹੈ ਨਾ ਜਿਹੜੇ ਧਾਗੇ ਧੁੱਗੇ ਹੋਰ ਆ ਚੀਜ਼ਾਂ ਇੱਦਾਂ ਦੀਆਂ ਚੀਜ਼ਾਂ ਦੀ ਸ਼ੋਪ ਆ ਇਹ ਉੱਨ ਹੋ ਗਈ ਮਾੜਾ ਮੋਟਾ ਇੱਦਾਂ ਦਾ ਸਮਾਨ ਸੀਣ ਵਾਲਾ ਸਮਾਨ ਆ ਉਹਦੀ ਸ਼ੋਪ ਆ ਇਹ ਯਾਰ ਇੱਦਾਂ ਦਾ ਝੰਡਾ ਜਿਹਾ ਮੈਂ ਚਾਹੁੰਦਾ ਹੁੰਦਾ ਕਈ ਵਾਰੀ ਉੱਥੇ ਘਰ ਵੀਡੀਓ ਬਣਾਈ ਦੀ ਉਹਦੇ ਪਿੱਛੇ ਲਾਉਣ ਲਈ ਲੈ ਲੈਣੇ ਭਰਾ ਮੇਰਾ ਵੱਡਾ ਚਾਹੀਦਾ ਕਿੰਨੇ ਦਾ ਹੋਰ ਤਾਂ ਨਹੀਂ ਹੋਣਾ ਐਕਸਕਿਊਜ਼ ਮੀ Are you selling? Yeah. Do you have a bigger than that one? The flag? The flag, England. No, that is actually a t-shirt. Is it? A t-shirt. No. A tea towel. But okay. They only do that one. So, ਹੈਗੀਆਂ ਇੱਥੇ ਜ਼ਿਆਦਾ ਬ੍ਰਿਟਿਸ਼ ਨੂੰ ਕੰਸਰਨ ਕਰਦੇ ਹੈ ਨਾ ਜਿੱਦਾਂ ਆਹ ਦੇਖ ਲਓ ਜੀ ਝੋਟਾ ਇੱਥੇ ਵੀ ਹੈਗਾ ਨਾ ਧਾਕੜ ਝੋਟੇ ਵੀ ਕੰਮ ਆਉਂਦੇ ਨੇ ਕਦੇ ਕਦੇ ਖੋਟੇ ਸਿੱਕੇ ਵੀ ਕੰਮ ਆਉਂਦੇ ਨੇ ਠੀਕ ਆ ਇੱਦਾਂ ਦੀਆਂ ਸ਼ੋਪਾਂ ਆ ਆ ਜੇ ਕਿਸੇ ਦਾ ਵਿਆਹ ਵੂ ਹੈਗਾ ਆ ਤਾਂ ਕੋਟ ਪੈਂਟ ਲੈਣਾ ਤਾਂ ਇੱਥੋਂ ਲੈ ਸਕਦੇ ਤੁਸੀਂ ਠੀਕ ਆ ਚਲੋ ਵੀ ਸ਼ਿਰੋ ਆਪਾਂ ਹੁਣ ਉੱਧਰ ਨੂੰ ਚੱਲਦੇ ਹਾਂ ਅਤੇ ਆਹ ਕੀ ਚੀਜ਼ ਆ ਯਾਰ ਪਕੌੜੇ ਜਿਹੇ ਰੱਖੇ ਆ ਕੁੱਤਿਆਂ ਦੇ ਲਈ ਆ ਕੁੱਤਾ ਕੰਮ ਹੀ ਆ ਜਿੱਦਾਂ ਆਹ ਮੀਟ ਮੂਟ ਅੱਛਾ ਉਹ ਭਰਾਵਾ ਹੱਡ ਰੱਖੇ ਆ ਠੀਕ ਆ ਆਹ ਦੇਖ ਲਓ ਮੁਸ਼ਕ ਜਿਹਾ ਆਉਂਦਾ ਇੱਥੋਂ ਉੱਦਾਂ ਅਤੇ ਆਹ ਦੇਖ ਲਓ ਵੀ ਜੇ ਕਿਸੇ ਨੇ ਸਪਾਈਡਰਮੈਨ ਬਣਨਾ ਨਾ ਇੱਥੇ ਬਣ ਸਕਦਾ ਹੋਰ ਵੀ ਕਈ ਕਰੈਕਟਰ ਹੈਗੇ ਆ ਠੀਕ ਆ ਇੱਥੇ ਛਾਲਾਂ ਛੁਲਾਂ ਮਾਰਨ ਲਈ ਗੱਦੇ ਵੀ ਹੈਗੇ ਆ ਹਾਂਜੀ ਆਪਾਂ ਇੱਕ ਪਾਸਿਓਂ ਹੈ ਨਾ ਸ਼ੁਰੂ ਕੀਤਾ ਸੀ ਤਾਂ ਸਾਰੀ ਮਾਰਕੀਟ ਦਾ ਗੇੜਾ ਕੱਢ ਲਿਆ ਅਤੇ ਹੋ ਸਕਦਾ 2-4 ਸ਼ੋਪਾਂ ਰਹਿ ਵੀ ਗਈਆਂ ਹੁਣ ਅਤੇ ਪਰ ਫਨ ਕੀਤਾ ਮਜ਼ਾ ਆਇਆ ਚੀਜ਼ਾਂ ਥੋੜ੍ਹੀਆਂ ਜਿਹੀਆਂ ਮੈਨੂੰ ਵੀ ਕਾਫੀ ਚੀਜ਼ਾਂ ਦੇਖਣ ਦਾ ਮੌਕਾ ਮਿਲਿਆ ਹੈ ਨਾ ਮੈਂ ਵੀ ਦੇਖੀਆਂ ਨਵੀਆਂ ਨਵੀਆਂ ਅਤੇ ਇੱਦਾਂ ਹੀ ਹੁੰਦਾ ਜਦੋਂ ਤੁਸੀਂ ਨਵੀਂ ਜਗ੍ਹਾ 'ਤੇ ਆਉਂਦੇ ਹਾਂ ਤੁਸੀਂ ਆਪੇ ਸਿੱਖ ਲੈਂਦੇ ਹੋ ਠੀਕ ਹੈ ਅਤੇ ਆਸ ਆ ਕਿ ਤੁਹਾਨੂੰ ਅੱਜ ਦਾ ਵੀਡੀਓ ਚੰਗਾ ਲੱਗਾ ਹੋਊਗਾ ਅਤੇ ਆਪਾਂ ਇੱਦਾਂ ਦੇ ਵਲੌਗ ਦਿਖਾਉਂਦੇ ਰਹੀਦਾ ਇੰਗਲੈਂਡ ਦੀ ਲਾਈਫ ਕਲਚਰ ਇੱਥੇ ਦਾ ਸਿਸਟਮ ਇੱਥੇ ਦੀਆਂ ਚੀਜ਼ਾਂ ਚੰਗੀਆਂ ਮਾੜੀਆਂ ਦਿਖਾਉਣ ਦੀ ਕੋਸ਼ਿਸ਼ ਕਰੀ ਦੀ ਆ ਨਾ ਅਤੇ ਆਸ ਆ ਕਿ ਤੁਹਾਨੂੰ ਕੁਛ ਨਾ ਕੁਛ ਵੀਡੀਓ 'ਚ ਵਧੀਆ ਲੱਗਾ ਹੋਊਗਾ ਜੇ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੋ ਵੀ ਕਰਨਾ ਹੁੰਦਾ ਆਪਣੇ ਆਪ ਕਰ ਦਿਓ ਕਿਉਂਕਿ ਸਾਰਿਆਂ ਨੂੰ ਪਤਾ ਅੱਜ ਕੱਲ੍ਹ ਕੀ ਕਰਨਾ ਹੁੰਦਾ ਹੈ ਨਾ ਜੇ ਨਹੀਂ ਪਤਾ ਫਿਰ ਮੈਂ ਦੱਸ ਦਿੰਦਾ
ਮੈਂ ਕਾਹਦੇ ਲਈ ਖੜਾ ਇੱਥੇ, ਮੈਨੂੰ ਕੁਛ ਨਾ ਕੁਛ ਤਾਂ ਦੱਸਣਾ ਚਾਹੀਦਾ ਹੀ ਆ। ਕੀ ਕਰਨਾ, ਸਬਸਕ੍ਰਾਈਬ ਕਰਨਾ, ਜਿਹੜਾ ਲਾਲ ਜਿਹਾ ਬਟਨ ਹੁੰਦਾ ਨਾ ਉਹਨੂੰ ਇੱਕ ਵਾਰੀ ਦੱਬ ਦਿਓ, ਅਤੇ ਉਹਦੇ ਨਾਲ ਹੀ ਹੁੰਦੀ ਘੰਟੀ ਟੰਗ ਦੇਣੀ। ਕਿਉਂ? ਕਿਉਂਕਿ ਫਿਰ ਤੁਹਾਨੂੰ ਇੱਦਾਂ ਆਊਗਾ ਕਿ ਤੁਹਾਨੂੰ ਜਦੋਂ ਵੀਡੀਓ ਆਪਾਂ ਨਵੀਂ ਬਣਾਈ ਦੀ ਆ ਤੁਹਾਨੂੰ ਆ ਜਾਊਗਾ ਸੁਨੇਹਾ ਕਿ ਵੀਡੀਓ ਨਵੀਂ ਆ ਗਈ ਆ, ਕਿੱਥੋਂ ਆਈ ਆ, ਯੂਕੇ ਤੋਂ ਆਈ ਆ। ਠੀਕ ਆ, ਇਹੀ ਸੀਗਾ ਅੱਜ ਦਾ ਵੀਡੀਓ। ਚੰਗਾ ਜੀ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਸਾਰਿਆਂ ਨੂੰ ਮੇਰੇ ਵੱਲੋਂ, ਸਤਿ ਸ਼੍ਰੀ ਅਕਾਲ ਜੀ।